ਸਿਟੀ ਹੋਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਨਲਿਨੀ ਸਵਾਗਤ ਕਰਦੀ ਹਾਂ। ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਬਹੁਤ ਸਾਰੇ ਨੇਤਾਵਾਂ ਦੇ ਖਿਲਾਫ ਮੁਹਿੰਮ ਛੇੜੀ ਹੋਈ ਹੈ। ਉੱਥੇ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦੇ ਖਿਲਾਫ ਵਿਜੀਲੈਂਸ ਵੱਲੋਂ ਰੇਡ ਕਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਅੱਜ ਦਿਨੇਸ਼ ਬੱਸੀ ਨੂੰ ਮਾਣਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਰਿਮਾਂਡ ਹਾਸਲ ਕੀਤਾ ਗਿਆ। ਕਾਂਗਰਸ ਪਾਰਟੀ ਦੇ ਜੁਝਾਰੂ ਨੇਤਾ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਅੱਜ ਮਾਣਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਨੂੰ ਬੀਤੀ ਰਾਤ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ। ਉੱਥੇ ਮਾਣਯੋਗ ਕੋਰਟ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਦਿਨੇਸ਼ ਬੱਸੀ ਵੱਲੋਂ ਆਮ ਆਦਮੀ ਪਾਰਟੀ ਤੇ ਜਮ ਕੇ ਭੜਾਸ ਕੱਢੀ ਗਈ ਹੈ। ਉੱਥੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ 10 ਮਹੀਨਿਆਂ ਤੋਂ ਮੈਂ ਇੰਪਰੂਵਮੈਂਟ ਟਰੱਸਟ ਤੋਂ ਹਟਾਇਆ ਜਾ ਚੁੱਕਾ ਹਾਂ ਅਤੇ ਮੇਰੇ ਵੱਲੋਂ ਜਿੰਨੇ ਵੀ ਕੰਮ ਕੀਤੇ ਗਏ ਹਨ ਉਹ ਸਾਰੇ ਲੀਗਲ ਹਨ। ਬੱਸੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਸ ਨੂੰ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਪਿੱਛੇ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਹੈ ਅਤੇ ਉਹ ਕਾਂਗਰਸ ਪਾਰਟੀ ਦੇ ਇੱਕ ਸਿਪਾਹੀ ਹਨ ਅਤੇ ਕਿਸੇ ਵੀ ਤਰ੍ਹਾਂ ਤਸ਼ੱਦਦ ਤੋਂ ਨਹੀਂ ਡਰਦੇ। ਉਹਨਾਂ ਨੇ ਕਿਹਾ ਕਿ ਜੇਕਰ ਮੈਂ ਪਹਿਲਾਂ ਹੀ ਘੁਟਾਲੇ ਕੀਤੇ ਸਨ ਤਾਂ ਵਿਜੀਲੈਂਸ ਨੇ ਮੇਰੇ ਤੇ ਉਸ ਵੇਲੇ ਕਾਰਵਾਈ ਕਿਉਂ ਨਹੀਂ ਕੀਤੀ। ਉਹਨਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਜ਼ਰੂਰ ਆਵਾਜ਼ ਚੁੱਕਾਂਗੇ। ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ 10 ਮਹੀਨੇ ਦੀਆਂ ਫਾਈਲਾਂ ਮੇਰੇ ਘਰ ਤੇ ਨਹੀਂ ਸਨ, ਲੇਕਿਨ ਹੁਣ ਇੱਕਦਮ ਕਿਸ ਤਰ੍ਹਾਂ ਫਾਈਲਾਂ ਪਹੁੰਚੀਆਂ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ। ਇਹ ਕੋਈ ਨਵਾਂ ਨਹੀਂ ਹੋ ਰਿਹਾ, ਸਾਰੇ ਪੰਜਾਬ 'ਚ ਜੋ ਰੀਤ ਚੱਲ ਰਹੀ ਉਹ ਇਹ ਮੇਰੇ ਨਾਲ ਹੋਇਆ। ਔਰ ਫਸਟ ਸੈਕਿੰਡ ਇਹ ਕੋਈ ਮੇਰੇ ਨਾਲ ਇਕੱਲੇ ਨਾਲ ਨਹੀਂ ਹੋਇਆ, ਤੁਹਾਨੂੰ ਪਤਾ ਪੂਰੇ ਪੰਜਾਬ 'ਚ ਹੋ ਰਿਹਾ ਔਰ ਮੈਂ ਆਪਣੀ ਪਾਰਟੀ ਦੇ ਨਾਲ ਖੜਾ। ਔਰ ਸੈਕਿੰਡਲੀ ਬਿਲਕੁਲ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿਉਂਕਿ ਮੈਂ ਕਾਂਗਰਸ ਦੇ ਨਾਲ ਖੜਾ ਔਰ ਕਾਂਗਰਸ ਦੇ ਵਰਕਰ ਦੇ ਤੌਰ ਤੇ ਕੰਮ ਕਰ ਰਿਹਾ। ਔਰ ਸੈਕਿੰਡਲੀ ਇੱਕ ਮਿੰਟ ਬੋਲਣ ਦਿਓ, ਸੈਕਿੰਡਲੀ ਕਿ ਮੈਂ ਇਹ ਕਹਿੰਦੇ ਪਏ ਕਿ ਮੈਂ ਅਲਾਟਮੈਂਟ ਕੀਤੀ, ਮੈਂ ਸਰਕਾਰ ਨੂੰ ਉਹਦਾ ਮਤਾ ਪਾ ਕੇ ਭੇਜਿਆ, ਉਹਦੇ ਵਿੱਚ ਕੋਈ ਕਪਲਾ ਨਹੀਂ। ਔਰ ਥਰਡ ਫਾਈਲ ਤੁਸੀਂ ਸਾਰੇ ਗਵਾਹ ਹੋ ਕਿ 22 ਸਤੰਬਰ ਨੂੰ ਜਿੱਦਾਂ ਜਲੀਲ ਕਰਕੇ ਨਵਜੋਤ ਸਿੱਧੂ ਨੇ ਮੈਨੂੰ ਇੰਪਰੂਵਮੈਂਟ ਟਰੱਸਟ ਤੋਂ ਲਾਇਆ ਸੀ, ਉਹ 6 ਮਹੀਨੇ ਦੇ ਵਿੱਚ ਕਿਉਂ ਨਹੀਂ ਵਿਜੀਲੈਂਸ ਦੀ ਜਾਂਚ ਕੀਤੀ ਗਈ, ਕਿਉਂ ਨਹੀਂ ਉਹ ਫਾਈਲਾਂ ਨੇ ਕੀਤੀਆਂ? ਔਰ ਅੱਜ 10 ਮਹੀਨਿਆਂ ਬਾਅਦ ਮੇਰੇ ਕੋਲ ਘਰ ਫਾਈਲਾਂ ਆ ਗਈਆਂ ਔਰ ਵਾਈ ਸ਼ੁੱਡ ਆਈ ਬਾਹਰ ਸਾਰੇ ਲੋ ਨਾ ਕੋਈ ਕਾਰਨ ਟਾਰਗੇਟ ਮੈਂ ਜਾਂ ਸਾਡੇ ਕਾਂਗਰਸੀ ਜਿਹੜੇ ਹੋਣਗੇ ਔਰ ਮੈਂ ਸਹਿਣ ਨੂੰ ਤਿਆਰ ਆਪਣੀ ਪਾਰਟੀ ਦੇ ਮੇਰੇ ਸਾਈਨ ਤੇ ਸਾਰੇ ਰੂਲ ਆਊਟ ਹੋ ਕੇ ਜਾਂਦੇ, ਮੈਂ ਕਿਸੇ ਨੂੰ ਓਵਰ ਰੂਲ ਨਹੀਂ ਕੀਤਾ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ, ਸਿਟੀ ਹੋਮ ਨਿਊਜ਼।